ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਨਿੱਘੀ ਗੋਦ ਵਿੱਚ ਜੁੜ ਬੈਠੀ ਪਿਆਰੀ ਸਤ ਸਿੰਘ ਜੀਓ, ਆਓ ਸਮੁੱਚੀਆਂ ਸੰਗਤਾਂ ਦੋ ਪਿਆਰ ਦਾ ਸਬੂਤ ਬੁਲੰਦ ਆਵਾਜ਼ ਵਿੱਚ ਆਖੋ ਕਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਤੰਤਰ ਦੇ ਯੋਗ ਖਾਲਸਾ ਜੀਓ, ਅੱਜ ਆਪਾਂ ਸਾਰੇ ਜਾਣਦੇ ਹਾਂ ਕਿ 13 ਬੱਚੀਆਂ ਦੇ ਆਨੰਦ ਕਾਰਜ ਹੋਣੇ ਨੇ, 13 ਜੋੜੀਆਂ ਦੇ ਆਨੰਦ ਕਾਰਜ ਕਰਵਾਏ ਜਾਣੇ ਨੇ। ਇਹ ਸਾਰਾ ਕੁਝ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਬਾਬਾ ਜੀ ਬਾਬਾ ਅਮਰ ਸਿੰਘ ਜੀ ਮਹਾਰਾਜ ਕਰਵਾ ਰਹੇ ਨੇ। ਪਾਤਸ਼ਾਹ ਕਿਰਪਾ ਕਰ, ਯਾਦ ਰੱਖਣਾ ਖਾਲਸਾ ਜੀਓ, ਇੱਕ ਬੱਚੀ ਦਾ ਆਨੰਦ ਕਾਰਜ ਕਰਵਾਉਣਾ ਬਹੁਤ ਔਖਾ ਹੋ ਜਾਂਦਾ ਤੇ ਮਹਾਨ ਦਾਨ ਹੁੰਦਾ। ਪ੍ਰਜਾਪਤ ਨੇ ਆਪਣੀ ਇੱਕ ਧੀ ਵਿਆਹੀ ਸੀ, ਅਕਾਲ ਪੁਰਖ ਦਾ ਸਗਾ ਸੁਨੇਹਾ ਲੱਗਿਆ ਸੀ। ਅੱਜ ਜਿੱਥੇ 13 ਬੱਚੀਆਂ ਦੇ ਆਨੰਦ ਕਾਰਜ ਹੋਣੇ ਨੇ, ਅੱਜ ਅਕਾਲ ਪੁਰਖ ਪਰਮੇਸ਼ਰ ਸਾਡੇ ਬਾਬਾ ਜੀ ਹੁਣਾਂ ਤੇ ਕਿਵੇਂ ਨਾ ਪ੍ਰਸੰਨ ਹੋਵੇਗਾ। ਆਓ ਖਾਲਸਾ ਜੀ ਪਾਤਸ਼ਾਹ ਕਿਰਪਾ ਕਰਨ, ਇੱਕ ਬੱਚੀ ਆਪਣੇ ਸਹੁਰੇ ਘਰ ਤੁਰਦੀ ਹੈ, ਸਹੁਰੇ ਘਰ ਦੇ ਤੁਰਦੀ ਧੀ ਨੂੰ ਆਪਣਾ ਬਾਪ ਆਪਣੀ ਬੱਚੀ ਨੂੰ ਗਲਵਕੜੀ ਵਿੱਚ ਲੈ ਕੇ ਕੀ ਸਿੱਖਿਆ ਦਿੰਦਾ ਹੈ, ਕੀ ਗੱਲਾਂ ਸਮਝਾਉਂਦਾ ਹੈ, ਉਹਨਾਂ ਲੈਣਾਂ ਨੂੰ ਢਾਡੀ ਚ ਤਾਂ ਹੈ ਆਇਓ ਦੱਸ। ਅੱਖੀਆਂ ਵਿੱਚੋਂ ਭੈਣੇ ਛੱਡ ਚੱਲੀ ਤੂੰ ਗਾਵਣ ਗੀਤ